ਵਿੱਚ ਜਿਹੜੀਆਂ ਸਰਵਿਸਿਜ਼ ਯੂਜ਼ ਹੀ ਨਹੀਂ ਕੀਤੀਆਂ, ਟਰਾਂਸਪੋਰਟੇਸ਼ਨ ਜਾਂ ਕੋਈ ਬਿਲਡਿੰਗ ਜਿਹੜੀ ਹੈ ਸਕੂਲ ਦੀ, ਕੀ ਉਹਦੇ ਵਾਸਤੇ ਕਿਸੇ ਤੋਂ ਚਾਰਜਸ ਲਏ ਜਾ ਸਕਦੇ ਨੇ ਕਿਸੇ ਵੀ ਕੰਡੀਸ਼ਨ ਦੇ ਵਿੱਚ? ਲੋਕਡਾਊਨ ਦੇ ਵਿੱਚ ਕਿੰਨੇ ਲੋਕ ਬੇਰੁਜ਼ਗਾਰ ਹੋ ਗਏ, ਕਿੰਨੀਆਂ ਬੱਸਿਸ ਜਾਂ ਟੈਕਸੀਆਂ ਖੜੀਆਂ ਹੋਈਆਂ ਨੇ ਇਸ ਗਰਾਊਂਡ 'ਤੇ ਕਿ ਵੀ ਉਹਨਾਂ ਨੂੰ ਸੈਲਰੀ ਦੇਣੀ ਹੈ ਜਾਂ ਉਹਨਾਂ ਦਾ ਆਵਾਜਾਈ ਜਾਂ ਖਰਚਾ ਨਹੀਂ ਚੱਲਦਾ ਪਿਆ, ਇਸ ਗਰਾਊਂਡ 'ਤੇ ਕਿਤੇ ਉਹਨਾਂ ਤੋਂ ਪੈਸਾ ਲਿਆ ਜਾ ਸਕਦਾ? ਇਸ ਤੋਂ ਇਲਾਵਾ ਉੱਤਰਾਖੰਡ ਹਾਈ ਕੋਰਟ ਦਾ ਡਿਵੀਜ਼ਨ ਬੈਂਚ ਦੀ ਜਿਹੜੀ ਜੱਜਮੈਂਟ ਹੈ ਉਹ ਸਾਈਟ ਕੀਤੀ ਗਈ ਸੀ ਮੇਰੇ ਵੱਲੋਂ, ਜਿਹਦੇ 'ਚ ਕਿਹਾ ਗਿਆ ਸੀ ਉੱਤਰਾਖੰਡ ਸਰਕਾਰ ਨੇ ਬੈਨ ਕੀਤਾ ਸੀ ਕਿ ਤੁਸੀਂ ਟਿਊਸ਼ਨ ਫੀ ਲੈ ਸਕਦੇ ਹੋ ਜਿਹੜੇ ਜਿਹੜੇ ਮਤਲਬ ਕਲਾਸਿਸ ਦੇ ਰਹੇ ਨੇ ਔਨਲਾਈਨ। ਉਹ 'ਚ ਪਿੱਲ ਪਾਈ ਕਿਸੇ ਪੇਰੈਂਟਸ ਨੇ ਵੀ ਨਹੀਂ, ਅਸੀਂ ਉਹ ਵੀ ਨਹੀਂ ਦੇਣ ਦੇ ਕਾਬਲ ਹੈ ਕਿਉਂਕਿ ਲੋਕਡਾਊਨ ਕਰਕੇ ਸਾਡਾ ਬੁਰਾ ਹਾਲ ਹੈ। ਉੱਤਰਾਖੰਡ ਹਾਈ ਕੋਰਟ ਨੇ ਇੱਥੋਂ ਤੱਕ ਅਬਜ਼ਰਵ ਕਰਤਾ ਸੀ ਡਿਵੀਜ਼ਨ ਬੈਂਚ ਨੇ ਕਿ ਤੁਸੀਂ ਵਟਸਐਪ ਮੈਸੇਜਿਸ ਵੀ ਨਹੀਂ ਕਰ ਸਕਦੇ ਕਿਸੇ ਪੇਰੈਂਟਸ ਨੂੰ, ਈਵਨ ਦੋ ਉਹ ਚੈਲੰਜ ਹੋਈ, ਉਹ ਲੜ ਰਹੇ ਨੇ ਟਿਊਸ਼ਨ ਫੀ ਲਈ। ਸਾਡੇ ਸਕੂਲ ਕਹਿੰਦੇ ਟਿਊਸ਼ਨ ਫੀ ਨਾਲ ਸਾਡਾ ਕੁਛ ਨਹੀਂ ਬਣਨਾ, ਸਾਨੂੰ ਸਾਰਾ ਹੀ ਦਿਓ, ਟਰਾਂਸਪੋਰਟੇਸ਼ਨ ਅਸੀਂ ਸੈਲਰੀ ਦੇਣੀ ਆ, ਅਸੀਂ ਸਾਰਾ ਪ੍ਰੋਵਾਈਡ ਕਰਨਾ। ਉਸ ਤੋਂ ਬਿਨਾਂ ਕੋਰਟ ਨੂੰ ਅਪਰੇਜ਼ ਫਿਰ ਅੱਜ ਤੋਂ ਕੀਤਾ ਗਿਆ ਵੀ ਇਹਨਾਂ ਦੀ ਇਨਕਮ ਦੇਖੀ ਜਾਵੇ। ਪੇਰੈਂਟਸ ਤਾਂ ਲੱਖਾਂ ਕਰੋੜਾਂ ਦੀ ਗਿਣਤੀ 'ਚ ਨੇ, ਇਹਨਾਂ ਦੀ ਜਿਹੜੀ ਗਿਣਤੀ ਹੈ ਘੱਟ ਆ, ਔਰ ਇਹ ਬਾਉਂਡ ਨੇ ਉਹ ਸਟੇਟਮੈਂਟ ਫਾਈਲ ਕਰਨ 'ਚ। ਅਸੀਂ ਇਸੇ ਜਿਹੜੀ ਉੱਤਰਾਖੰਡ ਹਾਈ ਕੋਰਟ ਦੀ ਜੱਜਮੈਂਟ ਹੈ ਸੁਪਰੀਮ ਕੋਰਟ ਦੇ ਅੰਡਰ ਚੈਲੰਜ ਹੈ ਵੀ ਕਿਉਂ ਨਾ ਇਸ ਮੈਟਰ ਨੂੰ ਉਸ ਦੇ ਸੁਪਰੀਮ ਕੋਰਟ ਦਾ ਡਿਸੀਜ਼ਨ ਆਉਣ ਤੱਕ ਮਤਲਬ ਰੱਖਿਆ ਜਾਵੇ, ਕਿਉਂਕਿ ਸੁਪਰੀਮ ਕੋਰਟ ਤਾਂ ਸੁਪਰੀਮ ਕੋਰਟ ਦਾ ਹੀ ਆਰਡਰ ਫਾਈਨਲ ਹੋਣਾ ਨਾ। ਉਹ ਮੈਂ ਆਪਣੀਆਂ ਦਲੀਲਾਂ ਦੇ ਵਿੱਚ ਵੀ ਕਿਹਾ ਸੀ ਵੀ ਸੁਪਰੀਮ ਕੋਰਟ 'ਚ ਪੈਂਡਿੰਗ ਪਿਆ ਹੋਇਆ ਸਿਮੀਲਰ ਇਸ਼ੂ, ਉਨੀ ਦੇਰ ਤੱਕ ਕੋਈ ਡਿਸੀਜ਼ਨ ਆਉਣਾ ਉਹ ਠੀਕ ਨਹੀਂ ਗਾ। ਇਸ ਕਰਕੇ ਉਹਨਾਂ ਤੋਂ ਪੂਰਾ ਡਿਟੇਲ ਦੇ ਵਿੱਚ ਪੁੱਛਿਆ ਕਿ ਵੀ ਕਿਉਂ ਤੁਹਾਨੂੰ ਟਿਊਸ਼ਨ ਫੀ ਪ੍ਰਪੋਰਸ਼ਨੇਟ ਜਿਵੇਂ ਇਹ ਕਹਿ ਰਿਹਾ ਉਹਨਾਂ ਨਾਲ ਕਿਉਂ ਨਹੀਂ ਸਰਦਾ। ਉਹ ਚੈਲੰਜ ਹੋਈ, ਉਹ ਲੜ ਰਹੇ ਨੇ ਟਿਊਸ਼ਨ ਫੀ ਲਈ। ਸਾਡੇ ਸਕੂਲ ਕਹਿੰਦੇ ਟਿਊਸ਼ਨ ਫੀ ਨਾਲ ਸਾਡਾ ਕੁਛ ਨਹੀਂ ਬਣਨਾ, ਸਾਨੂੰ ਸਾਰਾ ਹੀ ਦਿਓ, ਟਰਾਂਸਪੋਰਟੇਸ਼ਨ ਅਸੀਂ ਸੈਲਰੀ ਦੇਣੀ ਆ, ਅਸੀਂ ਸਾਰਾ ਪ੍ਰੋਵਾਈਡ ਕਰਨਾ। ਉਸ ਤੋਂ ਬਿਨਾਂ ਕੋਰਟ ਨੂੰ ਅਪਰੇਜ਼ ਫਿਰ ਅੱਜ ਤੋਂ ਕੀਤਾ ਗਿਆ ਵੀ ਇਹਨਾਂ ਦੀ ਇਨਕਮ ਦੇਖੀ ਜਾਵੇ। ਪੇਰੈਂਟਸ ਤਾਂ ਲੱਖਾਂ ਕਰੋੜਾਂ ਦੀ ਗਿਣਤੀ 'ਚ ਨੇ, ਇਹਨਾਂ ਦੀ ਜਿਹੜੀ ਗਿਣਤੀ ਹੈ ਘੱਟ ਆ, ਔਰ ਇਹ ਬਾਉਂਡ ਨੇ ਉਹ ਸਟੇਟਮੈਂਟ ਫਾਈਲ ਕਰਨ 'ਚ।